ਰਹੋ। ਸਿਰਫ ਇੱਕ ਮਿੰਟ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਸਟੇਜ ਦੀ ਪਰੰਪਰਾ ਦੇ ਨਾਲ, ਉਸ ਤੋਂ ਬਾਅਦ ਫਿਰ ਨਾਲ ਹੀ ਪ੍ਰੋਗਰਾਮ ਸ਼ੁਰੂ ਕਰ ਦੇਣਾ। ਮੇਲਾ ਕਮੇਟੀ ਦੇ ਜਿੰਨੇ ਵੀ ਮੈਂਬਰ, ਪੰਚ, ਸਰਪੰਚ, ਜਿੰਨੇ ਸਤਿਕਾਰਯੋਗ, ਜਿਹਨਾਂ ਦਾ ਸਹਿਯੋਗ NRI ਵੀ, ਸਾਰਿਆਂ ਦਾ ਥੈਂਕਸ ਕਰਦੇ ਹਾਂ। ਸ਼ੁਰੂ ਕਰੀਏ ਉਹਨਾਂ ਦੇ ਨਾਮ ਤੋਂ। ਫੁੱਲਾਂ ਦੀ ਗੱਲ ਕਿਹਨੇ ਕਰਨੀ ਸੀ, ਫੁੱਲਾਂ ਦੀ ਗੱਲ ਕਿਹਨੇ ਕਰਨੀ ਸੀ, ਜੇ ਫੁੱਲਾਂ ਚੋਂ ਫੁੱਲ ਗੁਲਾਬ ਨਾ ਹੁੰਦਾ। ਫੁੱਲਾਂ ਦੀ ਗੱਲ ਕਿਹਨੇ ਕਰਨੀ ਸੀ, ਜੇ ਫੁੱਲਾਂ ਚੋਂ ਫੁੱਲ ਗੁਲਾਬ ਨਾ ਹੁੰਦਾ। ਸੋਹਣੀ ਦੀ ਗੱਲ ਕਿਹਨੇ ਕਰਨੀ ਸੀ, ਜੇ ਠਾਠਾਂ ਮਾਰਦਾ ਝੁਕਾਵ ਨਾ ਹੁੰਦਾ। ਇਹ ਪੰਜਾਬ ਦੀ ਗੱਲ ਕਿਹਨੇ ਕਰਨੀ ਸੀ, ਇਹ ਪੰਜਾਬ ਦੀ ਗੱਲ ਕਿਹਨੇ ਕਰਨੀ ਸੀ, ਜੇ ਗੁਰੂਆਂ ਪੀਰਾਂ ਦਾ ਇਹ ਪੰਜਾਬ ਨਾ ਹੁੰਦਾ। ਗੁਰੂਆਂ ਪੀਰਾਂ ਦਾ ਇਹ ਪੰਜਾਬ ਨਾ ਹੁੰਦਾ। ਅੱਲਾਹੂ 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 ਦਾ ਵਾਜਾ ਆਵੇ ਬੁੱਲੀ ਦੀ ਫਕੀਰ ਦੀ ਵਿੱਚੋਂ, ਅੱਲਾਹੂ ਦਾ ਵਾਜਾ ਆਵੇ ਬੁੱਲੀ ਦੀ ਫਕੀਰ ਦੀ ਵਿੱਚੋਂ, ਬੁੱਲੀ ਦੀ ਫਕੀਰ ਦੀ ਵਿੱਚੋਂ, ਬੁੱਲੀ ਦੀ ਫਕੀਰ ਦੀ ਵਿੱਚੋਂ। ਨਜ਼ਰ ਕਰੀਏ ਤੁਹਾਡੀਆਂ ਆਪਣੀਆਂ ਗੱਲਾਂ, ਤੁਹਾਡੇ ਦਿਲ ਦੀਆਂ ਗੱਲਾਂ, ਤੁਹਾਡੇ ਜਜ਼ਬਾਤ, ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰੀਏ। ਸ਼ੁਰੂ ਕਰੀਏ। ਦੁਗਾਣੇ ਇੱਕ ਸੱਭਿਆਚਾਰ ਦਾ ਅੰਗ ਹੁੰਦੇ ਨੇ, ਤੁਸੀਂ ਜਾਣਦੇ ਹੋ। ਦੁਗਾਣਿਆਂ ਦੇ ਵਿੱਚ ਆਪਣੀਆਂ ਆਪ ਦੀਆਂ ਗੱਲਾਂ ਹੁੰਦੀਆਂ ਨੇ, ਨੋਕ ਝੋਕ ਹੁੰਦੀ, ਜੀਜਾ ਸਾਲੇ ਦਾ ਰਿਸ਼ਤਾ, ਦਿਓਰ ਭਰਜਾਈ ਦਾ ਰਿਸ਼ਤਾ, ਆਪਣੀਆਂ ਆਪ ਦੀਆਂ ਗੱਲਾਂ। ਜਿਵੇਂ ਜਿਵੇਂ ਕੋਈ ਸਾਗ ਨੂੰ ਤੜਕਾ ਲਾਈ ਜਾਈਏ, ਸਾਗ ਸਵਾਦ ਬਣੀ ਜਾਂਦਾ, ਇਸੇ ਤਰ੍ਹਾਂ ਹੀ ਹੁੰਦੇ ਆ ਦੁਗਾਣੇ। ਜਦੋਂ ਮਰਜ਼ੀ ਸੁਣ ਲਓ, ਦੁਗਾਣੇ ਤਾਜ਼ਾ ਹੀ ਰਹਿੰਦੇ ਆ। ਵੈਸੇ ਗਾਉਂਦਾ ਬੰਦਾ ਇਕੱਲਾ ਇਕੱਲਾ ਵੀ ਮਾੜਾ ਨਹੀਂ ਗਾ। ਇਹ ਪਤੰਦਰ ਨਾ ਜਿਹੜੀ ਸੂਈ ਆ ਕੁੜੀ ਤੇ ਰੱਖਦੇ,
ਵੀ ਨਿਕਲ ਗਈ, ਭੱਜ ਗਈ, ਇੱਧਰ ਆ ਗਈ, ਉੱਧਰ ਚਲੀ ਗਈ। ਤਾਂ ਕਰਕੇ ਵੀ ਜਿਹੜੇ ਦੁਗਾਣੇ ਆ ਉਹ ਆਪਣੀਆਂ ਆਪਦੀਆਂ ਗੱਲਾਂ ਹੁੰਦੀਆਂ, ਆਪਣੀਆਂ ਪਰਿਵਾਰਕ ਗੱਲਾਂ ਹੁੰਦੀਆਂ, ਨੋਕਾ ਚੋਕਾ ਹੁੰਦੀਆਂ। ਲਓ ਸ਼ੁਰੂ ਕਰੀਏ ਉਸ ਦੁਗਾਣੇ ਤੋਂ। ਕਦੇ ਸੱਤ ਕਦੇ ਅੱਠ ਕੱਪ ਦਿੰਦੀ ਆ ਮੈਂ ਰੱਖ, ਤੇਰਾ ਚੰਗਾ ਪਿਆ ਜੱਟਾਂ ਨਾਲ ਵਾਹ ਪਟਵਾਰੀ, ਹੰਬਗੀ ਬਣਾਉਂਦੀ, ਹੰਬਗੀ ਬਣਾਉਂਦੀ ਤੇਰੀ। ਪਟਵਾਰਨ ਤੇ ਪਟਵਾਰੀ ਦੀ ਗੱਲ। ਵੈਸੇ ਚਾਹ ਚੰਦਰੀ ਕਿੱਧਰੋਂ ਆਈ ਬੈਠੀ, ਘਰ ਘਰ ਡੇਰੇ ਲਾਈ, ਦਿਨ ਵਿੱਚ ਚੌਥੀ ਵਾਰ ਬਣਾਈ ਮੰਦੀ ਜੂਨ ਪਤੀਲੇ ਦੀ। ਆ ਚਾਹ ਤੋਂ ਲੜਨ ਨਿਆਣੇ ਨੇ ਕਾਲੂ ਪੀ ਗਿਆ ਨੀਲੇ, ਅੱਜ ਵਾਕ ਬਹੁਤ ਲੜਦੇ ਆ ਚਾਹ ਤੋਂ, ਕਹਿਣਗੇ ਬੀਬੀ ਝੱਕ ਬਣਾ ਕੇ ਪੀ, ਕਿਉਂਕਿ ਬੱਚੇ ਆ ਮਨ ਦੇ ਸੱਚੇ ਆ। ਲਓ ਉਹੀ ਦੁਕਾਨੇ ਤੋਂ ਤੁਹਾਡੀਆਂ ਫਰਮਾਇਸ਼ਾਂ, ਹੰਬ ਕੀ ਬਣਾਉਂਦੀ ਤੇਰੀ ਚਾਹ ਪਟਵਾਰੀ। ਮੋਟਰਸਾਈਕਲ ਝਪਟ ਮਾਰ ਕੇ ਚਲੇ ਜਾਂਦੇ ਨਾਲੇ ਕਾਂਟੇ ਜਿਹੜੇ ਕੰਡ ਜਿਹੜੇ ਕੰਨਾਂ ਵਿੱਚ ਭਾਈ ਪਟ ਮਾਰਦੇ ਨੇ ਸਾਰੇ ਕਿੰਨੀ ਵਾਰ ਮੁਰਗੇ
ਕਿੰਨੀ ਵਾਰ ਮੁੜ ਕੇ ਮਹਿੰਗਾਈ ਪਟਵਾਉਂਦੇ ਨੇ ਸਾਰੇ ਨਾ ਠੀਕ ਹੈ ਨਾ ਗੱਲ ਮੈਂ ਤਾਂ ਕਹਿੰਦਾ ਤੋਤੇ ਵਾਲਾ ਝੋਲਾ ਚੱਕ ਲਾ ਚੜ੍ਹ ਚੱਲੀਏ ਘੋੜੇ ਵਾਲੀ ਬਸ ਫਿਰ ਆਪਾਂ ਦੋਨੇ ਜਾਣੇ ਇਕੱਠੇ
ਕੀ ਖਿਆਲ ਤੇਰਾ? ਨਹੀਂ ਗੱਲ ਵਿੱਚ ਹੋਰ ਆ, ਲਓ ਫਿਰ ਦੇਖਦੇ ਹਾਂ ਫਿਰ ਗੱਲ ਹੈ ਕੀ। ਆ ਜਾ ਬਈ ਗੁਲਾਮੀ ਤੈਨੂੰ ਛੱਡਣੀ ਪਊਗੀ, ਕੰਧ ਵਿਹੜੇ ਦੇ ਵਿਚਾਲੇ ਤੈਨੂੰ ਕੱਢਣੀ ਪਊਗੀ, ਕਸੂਤਾ ਜਾ ਜਬ ਪਾਤਾ ਤੂੰ। ਇਹਨੂੰ ਇਹ ਨਹੀਂ ਨਾ ਪਤਾ ਹਜੇ, ਇਹ ਸੋਚ ਲੈਂਦੀਆਂ ਕਿਉਂਕਿ ਸੋਚ ਜਿਹੜੀ ਹੁੰਦੀ ਹੈ ਛੋਟੀ ਹੁੰਦੀ। ਨੀ ਤੂੰ ਖਿੱਚ ਲੈਤੇ ਆਰੀ ਹੈਂਡ ਛੱਡ ਦੇ, ਨੀ ਤੂੰ ਖਿੱਚ ਲੈਤੇ ਆਰੀ ਹੈਂਡ ਛੱਡ ਦੇ, ਨੀ ਤੂੰ ਖਿੱਚ ਲੈਤੇ ਆਰੀ ਹੈਂਡ ਛੱਡ ਦੇ, ਗੱਲਾਂ ਸਾਰੀਆਂ ਦਿਮਾਗ ਵਿੱਚੋਂ ਕੱਢ ਦੇ। ਨੀ ਤੂੰ ਖਿੱਚ ਲੈਤੇ ਆਰੀ ਹੈਂਡ ਛੱਡ ਦੇ, ਗੱਲਾਂ ਸਾਰੀਆਂ ਦਿਮਾਗ ਵਿੱਚੋਂ ਕੱਢ ਦੇ, ਨੀ ਗੱਲਾਂ ਸਾਰੀਆਂ ਦਿਮਾਗ ਵਿੱਚੋਂ ਕੱਢ ਦੇ, ਨੀ ਗੱਲਾਂ ਸਾਰੀਆਂ ਦਿਮਾਗ ਵਿੱਚੋਂ ਕੱਢ ਦੇ। ਨੀ ਤੂੰ ਮਨ ਤੇ ਰੱਖਣਾ ਅੱਜ ਹੋ ਕੇ ਕੀ ਤੂੰ ਲੈਣਾ, ਨੀ ਤੂੰ ਮਨ ਤੇ ਰੱਖਣਾ ਅੱਜ ਹੋ ਕੇ ਕੀ ਤੂੰ ਲੈਣਾ, ਗੱਲਾਂ ਤੋਂ ਤੇਰਾ ਤੈਨੂੰ ਕਰਦੀ ਆ। ਆਹੋ ਪਹਿਲਾਂ ਤੈਨੂੰ ਵੀ ਬਹੁਤ ਕਰਦੀ ਸੀ, ਹੁਣ ਤੂੰ ਥੋੜੀ ਜੀ ਮਾਡਲ ਪੁਰਾਣਾ ਹੋ ਗਿਆ। ਇਹ ਮੇਰਾ ਮਤਲਬ ਕਿ ਜਦੋਂ ਨਵੀਂ ਨਵੀਂ ਆਉਂਦੀ ਆ ਬਹੂ, ਉਦੋਂ ਸੱਸ ਬਹੁਤ ਲਾਡ ਲੜਾਉਂਦੀ ਆ। ਹਾਂ ਬਾਅਦ ਦੇ ਵਿੱਚ ਹੌਲੀ ਹੌਲੀ ਫਰਕ ਜ਼ਰੂਰ ਪੈ ਜਾਂਦਾ, ਪਰ ਹਜੇ ਵੀ ਤੈਨੂੰ ਬਹੁਤ ਪਿਆਰ ਕਰਦੀ ਆ, ਤੂੰ ਐਵੇਂ ਡਰਿਆ ਨਾ ਕਰ। ਹਾਂ ਬਾਈ ਜੀ ਚੱਕਰ ਪਤਾ ਨਹੀਂ ਕੀ ਹੈ, ਨਾਲੇ ਜਿਹੜੀ ਵੱਡੀ ਆ ਵੱਡੀ ਆ, ਨਾਲੇ ਜਿਹੜੀ ਵੱਡੀ ਆ ਨਾ ਉਹ ਤਾਂ ਵੱਡੀ ਆ,
ਵੱਡੀ ਹੈ ਵੈਸੇ ਵੱਡੀ ਵੈਸੇ ਮੈਂ ਤੈਨੂੰ ਗੱਲ ਦੱਸ ਦਿੰਦਾ ਇੱਕ ਬਈ ਇੱਕ ਤੁਹਾਡੇ ਦਿਮਾਗ ਦੇ ਵਿੱਚ ਕੀੜਾ ਜਿਹਾ ਹੁੰਦਾ ਬਈ ਅੱਡ ਹੋ ਕੇ ਤੂੰ ਕਿ ਸਾਲੀਏ ਲਾਲ ਕਿਲੇ ਨਾਲ ਮੱਥਾ ਲਾ ਲੇਗੀ ਪਹਿਲਾਂ ਮੈਨੂੰ ਦੱਸ ਕੀ ਕਰ ਲੇਂਗੀ ਤੂੰ ਅੱਡ ਹੋ ਕੇ ਤੈਨੂੰ ਪਤਾ ਅੱਡ ਹੋਏ ਤੇ ਖਰਚੇ ਬਹੁਤ ਵੱਧ ਜਾਂਦੇ ਆ ਬਹੁਤ ਗਣਾ ਦਿੰਦਾ ਕਿਹੜੇ ਹੁਣ ਸਰੀ ਜਾਂਦਾ ਇੱਕੋ ਫੋੜ ਨਾਲ ਨੀ ਕਿਉਂ ਆਪਣੇ ਵਾਲੀ ਆਵਾਜ਼ ਆ ਨਾ ਹਾਂ ਪਿੱਛੇ ਖੜਾ ਆ ਉਹ ਪਿਛਲੇ ਬੰਨੇ ਖੜਾ ਉਹ ਵੀ ਬਕਾ ਦੇਗੀ ਤੂੰ ਆਪਣੇ ਵਾਲੇ ਦੀ ਆਵਾਜ਼ ਆ ਮੈਂ ਤੈਨੂੰ ਦੱਸਦਾ ਗੱਲ ਹੁਣ ਸਰੀ ਜਾਂਦਾ ਇੱਕੋ ਫੋੜ ਨਾਲ ਨੀ ਬਧੂ ਖਰਚਾ ਤੇ ਹੋ ਜਾਂਗੇ ਕੰਗਾਲ ਨੀ ਹੁਣ ਸਰੀ ਜਾਂਦਾ ਇੱਕੋ ਫੋੜ ਨਾਲ ਨੀ ਬਧੂ ਖਰਚਾ ਤੇ ਹੋ ਜਾਂਗੇ ਕੰਗਾਲ ਨੀ ਬਧੂ ਖਰਚਾ ਤੇ ਹੋ ਜਾਂਗੇ ਕੰਗਾਲ ਨੀ ਅੱਡ ਹੋ ਕੇ ਮੰਡਿਆਰੇ ਸੰਦ ਲੈਣੇ ਭਣੇ ਸਾਰੇ ਅੱਡ ਹੋ ਕੇ ਮੰਡਿਆਰੇ ਸੰਦ ਲੈਣੇ ਭਣੇ ਸਾਰੇ ਜੇ ਤੂੰ ਬਣ ਜੇ ਸਿਆਣੀ ਜੇ ਤੂੰ ਬਣ ਜੇ ਸਿਆਣੀ ਜੇ ਤੂੰ ਬਣ ਜੇ ਸਿਆਣੀ ਤੇਰਾ ਕੀ ਘਸਦਾ ਨੀ ਇੱਕੇ ਵਿੱਚ ਨੀ ਵਿੱਚ ਨੀ ਸਿਆਣੇ ਕਹਿੰਦੇ ਰੱਬ ਵਸਦਾ ਨੀ ਇੱਕੇ ਵਿੱਚ ਨੀ ਵਿੱਚ ਨੀ ਸਿਆਣੇ ਕਹਿੰਦੇ ਰੱਬ ਵਸਦਾ ਨੀ ਇੱਕੇ ਵਿੱਚ ਨੀ ਨਾਲੇ ਜਦੋਂ ਮੈਂ ਪੜ੍ਹਦਾ ਸੀ ਨਾ ਮੇਰੇ ਭਰਾ ਤੋਂ ਜਿੰਨੇ ਮੈਂ ਪੈਸੇ ਮੰਗਦਾ ਸੀ ਮੈਨੂੰ ਓਨੇ ਮਿਲ ਜਾਂਦੇ ਸੀ ਉਹ ਤਾਂ ਜੇ 500 ਮੰਗਦਾ ਸੀ 1000 ਦਿੰਦਾ ਸੀ ਠੀਕ ਹੈ ਨਾ ਗੱਲ ਬੜਾ ਕੰਮ ਕੀਤਾ ਉਹਨੇ ਮੈਂ ਤੈਨੂੰ ਦੱਸ ਦਿੰਦਾ ਨੀ ਜਦੋਂ ਹੁੰਦਾ ਸੀ ਕੁਆਰਾ ਮੈਂ ਸੀ ਪੜ੍ਹਦਾ ਜਦੋਂ ਹੁੰਦਾ ਸੀ ਕੁਆਰਾ ਮੈਂ ਸੀ ਪੜ੍ਹਦਾ ਵੱਡਾ ਵੀਰ ਹੀ ਹੁੰਦਾ ਸੀ ਕੰਮ ਕਰਦਾ ਜਦੋਂ ਵੀਰ ਹੀ ਹੁੰਦਾ ਸੀ ਕੰਮ ਕਰਦਾ ਨੀ ਵੱਡਾ ਵੀਰ ਹੀ ਹੁੰਦਾ ਸੀ ਕੰਮ ਕਰਦਾ ਨੀ ਉਦੋਂ ਵੀਰ ਹੀ ਹੁੰਦਾ ਸੀ ਕੰਮ ਕਰਦਾ ਐਵੇਂ ਕਾਤੋਂ ਜਾਵੇਂ ਭੱਟੀ ਕਹਿੰਦਾ ਸੀ ਮਤਲ ਵੱਡੀ ਐਵੇਂ ਕਾਤੋਂ ਜਾਵੇਂ ਭੱਟੀ ਕਹਿੰਦਾ ਸੀ ਮਤਲ ਵੱਡੀ ਗੁੱਸਾ ਕਰ ਜਾਵੇਂ ਤੂੰ ਤਾਂ ਗੱਲ ਹੱਸਦਾ ਨੀ ਇੱਕੇ ਵਿੱਚ ਨੀ ਵਿੱਚ ਨੀ ਸਿਆਣੇ ਕਹਿੰਦੇ ਰੱਬ ਵਸਦਾ ਨੀ ਇੱਕੇ ਵਿੱਚ ਨੀ ਵਿੱਚ ਨੀ ਸਿਆਣੇ ਕਹਿੰਦੇ ਰੱਬ ਵਸਦਾ ਨੀ ਇੱਕੇ ਵਿੱਚ ਨੀ ਗੁਲਾਮੀ ਤੈਨੂੰ ਛੱਡਣੀ ਪਊ ਵੇ ਵੱਡੀ ਭਾਬੀ ਦੀ
ਵੱਡੀ ਭਾਬੀ ਦੀ ਗੁਲਾਮੀ ਤੈਨੂੰ ਛੱਡਣੀ ਪਊਗੀ ਵੱਡੀ ਭਾਬੀ ਦੀ। ਲਓ ਮੈਨੂੰ ਕਹਿੰਦਾ ਖੰਡ ਦੀ ਪੁੜੀ ਮੁੰਡਾ ਸੱਜਰੇ ਮੱਖਣ ਦਾ ਪੇੜਾ ਤੁਹਾਡੇ ਜਿੱਦਾਂ ਜਾ ਰਿਹਾ ਮੁੰਡਾ ਬੜੇ ਹੀ ਪਿਆਰ ਨਾਲ ਬੋਲਦਾ ਨਹੀਂ ਜਦੋਂ ਹੱਸਦਾ ਉਦੋਂ ਨਹੀਂ ਫੁੱਲ ਡੋਲਦਾ ਕਿਉਂਕਿ ਹਰ ਪਹਿਲਾਂ ਵਾਲਾ ਸਮਾਂ ਚੇਂਜ ਹੋ ਗਿਆ ਤੁਸੀਂ ਜਾਣਦੇ ਹੋ ਸਾਰੇ। ਅੱਜ ਕੱਲ੍ਹ ਹਰ ਗੱਭਰੂ ਦੀ ਡਿਮਾਂਡ ਹੁੰਦੀ ਹੈ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਅਤੇ ਹਰ ਕੁੜੀ ਦੀ ਡਿਮਾਂਡ ਆ ਮੁੰਡਾ ਸੋਹਣਾ ਸੁਨੱਖਾ ਹੋਵੇ ਪੜ੍ਹਿਆ ਲਿਖਿਆ ਹੋਵੇ। ਇਸੇ ਤਰ੍ਹਾਂ ਦਾ ਸਿਸਟਮ ਚੱਲ ਪਿਆ ਹੁਣ ਪਹਿਲਾਂ ਵਾਲੀ ਉਹ ਗੱਲ ਨਹੀਂ ਰਹੀ। ਸਾਡੇ ਬਾਪੂ ਵਾਂਗੂ ਦਿਖਾਈ ਹੋਰ ਦੇ ਬਾਤੀ ਹੋਰ। ਹਾਂ ਸਾਡੇ ਬਾਪੂ ਨੂੰ ਬੜੀ ਭੈੜੀ ਹੋਈ ਸੀ ਹੁਣ ਉਹ ਸਮਾਂ ਕਿੱਥੇ ਹੁਣ ਸਮਾਂ ਬਦਲ ਗਿਆ ਬਦਲ ਗਿਆ ਜੀ ਬਦਲ ਗਿਆ ਹੁਣ ਤਾਂ ਪਹਿਲਾਂ ਹੀ ਸੈਟਲਮੈਂਟਾਂ ਹੋ ਜਾਂਦੀਆਂ ਹੋ ਜਾਂਦੀਆਂ ਜੀ ਸਹੀ ਗੱਲ ਹੈ ਨਾ। ਲਓ ਸਾਉਣ ਦੇ ਮਹੀਨੇ ਤੀਆਂ ਦੇ ਦਿਨਾਂ 'ਚ ਤ੍ਰਿੰਝਣਾ 'ਚ ਬੈਠੀ ਸੋਹਣੀ ਜੀ ਮਟਿਆਰ ਫਲਕਾਰੀ ਅਤੇ ਫੁੱਲ ਪਾਉਂਦੇ ਨਾਲ ਦੇ ਨਾਲ ਸਕੀਆਂ ਨਾਲ ਗੱਲਾਂ ਕਰਦੀ ਆ ਕਿ ਮੇਰਾ ਹੋਣ ਵਾਲਾ ਘਰ ਵਾਲਾ ਮੇਰਾ ਜੀਵਨ ਸਾਥੀ ਬੜਾ ਹੀ ਉੱਚਾ ਲੰਮਾ ਸੋਹਣਾ ਸੁਨੱਖਾ ਗੱਭਰੂ ਜਦੋਂ ਬੋਲਦਾ ਮੂੰਹ 'ਚੋਂ ਫੁੱਲ ਕਿਰਦੇ ਨੇ ਜਦੋਂ ਵੀ ਕਿਤੇ ਕਾਲ ਕਰਦਾ ਨਾ ਮਰ ਜਾਣਾ ਖੰਡ ਦੀ ਪੁੜੀ ਆ ਕੇ ਬੁਲਾਉਂਦਾ। ਲਓ ਗੱਭਰੂ ਕਿਹੜਾ ਘੱਟ ਅੱਜ ਕੱਲ੍ਹ ਦੇ ਤੁਸੀਂ ਜਾਣਦੇ ਹੋ। ਲਓ ਦੋਨੇ ਜਣੇ ਇੱਕ ਦੂਜੇ ਦੀਆਂ ਸਿਫਤਾਂ ਕਰਦੇ ਨੇ ਤੁਹਾਡੇ ਨਜ਼ਰ ਕਰਨ ਜਾਣਾ ਬਹੁਤ ਪਿਆਰਾ ਸੀ ਮੈਨੂੰ ਕਹਿੰਦਾ ਖੰਡ ਦੀ ਪੁੜੀ ਨੀ ਮੁੰਡਾ ਸੱਜਰੇ ਮੱਖਣ ਦਾ ਪੇੜਾ ਸ਼ੁਕਰੀਆ ਪਹਿਲਾਂ ਵੀ ਵੀਰ ਜੀ ਹੋਣਾ ਨੇ ਬਹੁਤ ਸਾਰਾ ਪਿਆਰ ਸਤਿਕਾਰ ਜਿਉਂਦੇ ਰਹੋ ਵਸਦੇ ਰਹੋ ਥੈਂਕ ਯੂ ਜਿੱਥੇ ਵੀ ਬੈਠੇ ਹੋ। ਸਰ
ਮੇਰੀ ਧਰਤੀ ਤੇ ਆਈ ਜਿਹਦੇ ਨਖਰੇ ਨੇ ਕੀਤਾ ਸਾਰੇ ਪਿੰਡ ਨੂੰ ਸ਼ੁਦਾਈ ਉਹ ਹੈ ਦਰੀਆਂ ਦੀ ਰਾਣੀ ਕੋਈ ਧਰਤੀ ਤੇ ਆਈ ਜਿਹਦੇ ਨਖਰੇ ਨੇ ਕੀਤਾ ਸਾਰੇ ਪਿੰਡ ਨੂੰ ਸ਼ੁਦਾਈ ਸਾਰੇ ਪਿੰਡ ਨੂੰ ਸ਼ੁਦਾਈ ਸਾਡਾ ਭਾਤੀ ਆ ਪਾਣੀ ਮੈਨੂੰ ਕਹਿੰਦੀ ਲਾਡੋ ਰਾਣੀ ਸਾਡਾ ਭਰਦੀ ਆ ਪਾਣੀ ਮੈਨੂੰ ਕਹਿੰਦੀ ਲਾਡੋ ਰਾਣੀ ਸਾਡਾ ਭਰਦੀ ਆ ਪਾਣੀ ਮੈਨੂੰ ਕਹਿੰਦੀ ਲਾਡੋ ਰਾਣੀ ਲੈ ਜੀ ਟੋਲੀ ਵਿੱਚ ਹਾਣੀ ਆ ਮੱਠਾ ਮੈਨੂੰ ਕਹਿੰਦੀ ਰੱਖ ਮਿਸਰਾਵੇ ਤੈਨੂੰ ਇੱਕ ਦਾ ਤੋ ਗੀਤ ਬਣਾ ਮੈਨੂੰ ਕਹਿੰਦੀ ਰੱਖ ਮਿਸਰਾਵੇ ਤੈਨੂੰ ਇੱਕ ਦਾ ਤੋ ਗੀਤ ਬਣਾ ਕੇ ਮੈਨੂੰ ਕਹਿੰਦੀ ਰੱਖੋ ਮਿੱਤਰਾ ਬੀਬਾ ਕਹਿੰਦੀ ਮੈਂ ਵੀ ਘੱਟ ਨੀ ਮੈਂ ਵੀ ਸੂਟ ਪਟਿਆਲੇ ਤੋਂ ਬਣਾਉਂਦੀ ਨਜ਼ਰ ਕਰਨ ਜਾ ਰਿਹਾ ਕਿਉਂਕਿ ਸਾਰੇ ਗੀਤ ਕਰਨ ਬਾਈ ਕਰਨ ਸਾਰੇ ਗੀਤ ਸੁਣਨ ਵਾਲੇ ਨੇ ਹੋ ਜੱਟ ਚਾਦਰਾ ਮੰਗਾਉਂਦਾ ਫੁਗਵਾੜੇ ਤੋਂ ਫੁਗਵਾੜੇ ਤੋਂ ਜੱਟ ਚਾਦਰਾ ਮੰਗਾਉਂਦਾ ਫਗਵਾੜੇ ਤੋਂ
ਮੰਗਾਉਂਦਾ ਚਾਦਰਾ ਮੰਗਾਉਂਦਾ ਜੱਟ ਚਾਦਰਾ ਮੰਗਾਉਂਦਾ ਚਾਦਰਾ ਮੰਗਾਉਂਦਾ ਜੱਟ ਚਾਦਰਾ ਮੰਗਾਉਂਦਾ ਫਗਵਾੜੇ ਤੋਂ ਜੱਟ ਚਾਦਰਾ ਮੰਗਾਉਂਦਾ ਫਗਵਾੜੇ ਤੋਂ ਫਟਿਆਲੇ ਤੋਂ ਮੰਗਾਉਂਦੀ ਮੈਂ ਵੀ ਸੂਟ ਮੰਗਣਾ ਜੱਟ ਚਾਦਰਾ ਮੰਗਾਉਂਦਾ ਫਗਵਾੜੇ ਤੋਂ ਫਟਿਆਲੇ ਤੋਂ ਮੰਗਾਉਂਦੀ ਮੈਂ ਵੀ ਸੂਟ ਮੰਗਣਾ ਬੜਾ ਕੱਪਾ ਸੀ ਨੀ ਬੜਾ ਕੱਪਾ ਸੀ ਬੜਾ ਕੱਪਾ ਸੀ ਸਵਾ ਦਾ ਵਿੱਚ ਚੱਟਨੀ ਸਾਡੇ ਬਾਈ ਜੀ ਹੋਣਾ ਵੱਲੋਂ ਥੈਂਕ ਯੂ ਬਹੁਤ ਸਾਰਾ ਪਿਆਰ ਸਿੱਖੋ ਮਿਹਰਬਾਨੀ ਸ਼ੁਕਰੀਆ ਭਗਵਾੜੇ ਤੋਂ ਵੱਡੇ ਵਾਲੇ ਤੋਂ ਮੰਗਾਉਂਦੀ ਮੈਂ ਸੂਟ ਮੰਗਣਾ ਜੱਟ ਚਾਦਰਾ ਮੰਗਾਉਂਦਾ ਭਗਵਾੜੇ ਤੋਂ ਵੱਡੇ ਵਾਲੇ
ਪਟਿਆਲੇ ਤੋਂ ਮੰਗਾਉਂਦੀ ਮੈਂ ਵੀ ਸੂਟ ਮੱਖਣਾ ਰੋ ਨਾਲ ਦੀ ਨਾਲ ਬੜਾ ਪਿਆਰਾ ਰਿਸ਼ਤਾ ਜੀਜਾ ਸਾਲੀ ਦਾ ਰਿਸ਼ਤਾ ਸਾਲੀਆਂ ਬੰਦੇ ਦੀਆਂ ਜਿੰਨੀਆਂ ਹੋਣ ਓਨੀਆਂ ਥੋੜੀਆਂ ਹਾਂ ਬਾਈ ਜੀ ਅੱਜ ਕੱਲ ਸਾਲੀਆਂ ਕਰਮਾਂ ਵਾਲਿਆਂ ਨੂੰ ਮਿਲਦੀਆਂ ਸਹੀ ਗੱਲ ਹੁਣ ਪਹਿਲਾਂ ਵਾਲਾ ਸਮਾਂ ਕਿੱਥੇ ਰਹਿ ਗਿਆ ਸਮਾਂ ਬਦਲ ਗਿਆ ਹੁਣ ਬਾਈ ਸਹੀ ਗੱਲ ਹੈ ਜੀ ਪਹਿਲਾਂ ਮੈਨੂੰ ਯਾਦ ਆ ਹਾਂਜੀ ਮੇਰਾ ਬਾਪੂ ਕਹਿੰਦਾ ਹੁੰਦਾ ਸੀ ਵੀ ਪਹਿਲਾਂ ਜਦੋਂ ਬੰਦਾ ਕਹਿੰਦੇ ਬੰਦੇ ਨੂੰ ਚਾਹ ਬਹੁਤ ਹੁੰਦਾ ਸੀ ਸੌਰੀ ਜਾਣ ਦਾ ਅੱਛਾ ਜੀ ਚਾਹ ਅੱਜ ਵੀ ਆ ਹੈਗਾ ਪਰ ਉਹ ਗੱਲ ਨਹੀਂ ਹੁਣ ਜ਼ਿਆਦਾ ਹੀ ਆ ਕੁਛ ਪਹਿਲਾਂ ਹਾਂ ਫਰਕ ਪੈ ਗਿਆ ਵੀ ਪਹਿਲਾਂ ਜਦੋਂ ਬੰਦਾ ਸੌਰੀ ਜਾਂਦਾ ਸੀ ਨਾ ਸਾਈਕਲ ਤੇ ਜਾਂਦਾ ਸੀ ਪਲਾਸਟਿਕ ਦਾ ਝੋਲਾ ਨਾਲ ਟੰਗਿਆ ਹੁੰਦਾ ਸੀ ਵਿੱਚ ਇੱਕ ਬੋਤਲ ਤੇ 1.5-2 ਕਿਲੋ ਮੁਰਗਾ ਅੱਛਾ ਜੀ ਨਾਲ ਲੈ ਕੇ ਜਾਂਦਾ ਸੀ ਪ੍ਰਾਹੁਣਾ ਨਾਲ ਲੈ ਕੇ ਜਾਂਦਾ ਸੀ ਹਾਂ ਪ੍ਰਾਹੁਣਾ ਨਾਲ ਲੈ ਕੇ ਜਾਂਦਾ ਸੀ ਅੱਛਾ ਜੀ ਸਾਰਾ ਸਮਾਨ ਜਾਨੀ ਕਿ ਪ੍ਰਾਹੁਣਾ ਨਾਲ ਲੈ ਕੇ ਜਾਂਦਾ ਸੀ ਨਾਲ ਲੈ ਕੇ ਜਾਂਦਾ ਕੀ ਗੱਲ ਉਦੋਂ ਸਹੁਰਿਆਂ ਤੇ ਯਕੀਨ ਨਹੀਂ ਹੁੰਦਾ ਸੀ ਨਹੀਂ ਯਕੀਨ ਉਦੋਂ ਬੰਦਾ ਇੱਜ਼ਤ ਸਮਝਦਾ ਸੀ ਆਪਦੀ ਵੀ ਮੈਂ ਵੀ ਮੈਂ ਜਾ ਕੇ ਬੰਗਾਰ ਨਹੀਂ ਪਾਉਣੀ ਨਹੀਂ ਪਾਉਣੀ ਪਰ ਅੱਜ ਕੱਲ ਤੇ ਤਾਂ ਇਹੋ ਜਿਹੇ ਲੰਡੂ ਪਾਉਣੇ ਬਾਈ ਜੀ ਹਾਂ ਜਾਂਦੇ ਬੈਠਣਗੇ ਬਾਅਦ ਚ ਪਹਿਲੇ ਬੇਬੇ ਨੂੰ ਕਹਿ ਦੇਣਗੇ ਹਾਂ ਬੇਬੇ ਜੀ ਹਾਂ ਅੱਜ ਦਾਲ ਨਾ ਬਣਾਇਓ ਦਾਲ ਚੁਗਣ ਵਾਲਾ ਹੀ ਬਣਾ ਲਿਓ ਹਾਂ ਇਹ ਤਾਂ ਤੇਰੀ ਗੱਲ ਸਹੀ ਆ ਬੇਬੇ ਵੀ ਸਮਝ ਜਾਂਦੀ ਆ ਵੀ ਬੰਦਾ ਕਿੱਥੋਂ ਬੋਲਦਾ ਪ੍ਰਾਹੁਣਾ ਸਹੀ ਗੱਲ ਆ ਹੁਣ ਉਹ ਕਿੱਥੇ ਸਾਲੀਆਂ ਵੀ ਹੁਣ ਉਹ ਕਿੱਥੇ ਰਹੀਆਂ ਨਾ ਜੀ ਨਾ ਹੁਣ ਸਮਾਂ ਚੇਂਜ ਹੋ ਗਿਆ ਬਸ ਹੁਣ ਤਾਂ ਸਾਲੀਆਂ ਵੀ ਜੀਜੇ ਨੂੰ ਵੀਰ ਜੀ ਕਹਿ ਕੇ ਬੁਲਾਉਂਦੇ ਆ ਜੀ ਪਹਿਲਾਂ ਚੋਲ ਮੋਲ ਹੁੰਦੇ ਸੀ ਹਾਸਾ ਮਜ਼ਾਕ ਹੁੰਦਾ ਸੀ ਹਾਂ ਹਾਸੀਆਂ ਖੇਡੀਆਂ ਹੁੰਦੀਆਂ ਸੀ ਸਾਲੀ ਨੂੰ ਹਮੇਸ਼ਾ ਹੀ ਆਸ ਹੁੰਦੀ ਆ ਕਿ ਮੇਰਾ ਜੀਜਾ ਮੇਰਾ ਰਿਸ਼ਤਾ ਕਰਵਾਊਗਾ ਹੁੰਦੀ ਆ ਨਾ ਹਾਂ ਬਈ ਜੀਜਾ ਕਹਿੰਦਾ ਕਰਗੀ ਤੂੰ ਬੀਏ ਅੱਛਾ ਤੇਰਾ ਰਿਸ਼ਤਾ ਕਰਾਵਾਂ ਕਰਗੀ ਤੂੰ ਬੀਏ ਤੇਰਾ ਰਿਸ਼ਤਾ ਕਰਾਵਾਂ ਜੱਟ ਪਿੰਡ ਚੋਂ ਸਿਰੇ ਦੇ ਅਖਵਾਉਂਦੇ ਸਾਲੀਏ ਨੀ ਪੂਰੇ 15 ਮੁੰਡੇ ਨੂੰ ਕਿੱਲੇ ਆਉਂਦੇ ਸਾਲੇ ਬੱਲੇ 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 ਬਾਹਰ ਪੜ੍ਹੀ ਲਿਖੀ ਸਾਲੀ ਆ ਕੁੜੀਆਂ ਵੀ ਪੜ੍ਹ ਲੈ ਗਈਆਂ ਕਹਿੰਦੀ ਜੀਜਾ ਜੀ ਵੇਖਿਓ ਕਿਤੇ ਕਹਿੰਦੀ ਕਿੱਲੇ ਭਾਵੇਂ ਹੋਣ 15 ਤੇ ਭਾਵੇਂ ਹੋਣ 5 ਮੈਂ ਤਾਂ 5 ਕਿੱਲਿਆਂ 'ਤੇ ਗੁਜ਼ਾਰਾ ਕਰ ਲੂੰ ਪਰ ਕਹਿੰਦੀ ਮੁੰਡਾ ਕੁਛ ਖਾਂਦਾ ਪੀਂਦਾ ਨਾ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਮੁੰਡਾ ਬਣਦਾ ਤਣਦਾ ਹੋਵੇ ਮੁੰਡਾ ਨਿਰੇ ਸਲਮਾਨ ਖਾਨ ਹੋਵੇ ਹਾਏ ਹੋਏ ਬੋਲਿਆ ਉਹ ਬਾਜੀ ਰਿਸ਼ਤੇ ਵਾਲੀ ਗੱਲ ਸਮਝ ਆ ਗਈ ਮੈਨੂੰ ਆਹ ਗੱਲ ਸਮਝ ਨਹੀਂ ਲੱਗੀ ਵੀ ਮੁੰਡਾ ਕੁਛ ਖਾਂਦਾ ਪੀਂਦਾ ਨਾ ਹੋਵੇ ਬਈ ਮੁੰਡਾ ਕੁਛ ਖਾਂਦਾ ਪੀਂਦਾ ਨਾ ਹੋਵੇ ਗੱਲ ਸਹੀ ਆ ਉਹਦੀ ਇਹ ਨਾ ਮੁੰਡਾ ਜਮਾ ਹੀ ਨਾ ਕੁਛ ਖਾਂਦਾ ਪੀਂਦਾ ਹੋਵੇ ਕਿਉਂ ਪਹਿਲਾਂ ਮੈਂ ਕੀ ਕਿਹਾ ਵੀ ਮੁੰਡਾ ਉਹ ਕਹਿੰਦੀ ਸੋਹਣਾ ਸੁਨੱਖਾ ਹੋਵੇ ਮੁੰਡਾ ਬਣਦਾ ਤਣਦਾ ਹੋਵੇ ਹਾਂਜੀ ਤੇ ਮੁੰਡਾ ਕੁਛ ਖਾਂਦਾ ਪੀਂਦਾ ਨਾ ਹੋਵੇ ਸੌਖਾ ਮੁੰਡਾ ਭੋਰਾ ਵੀ ਨਾ ਕੁਛ ਖਾਂਦਾ ਪੀਂਦਾ ਹੋਵੇ ਬਿਲਕੁਲ ਸਹੀ ਗੱਲ ਆ ਇਹੋ ਜਿਹਾ ਮੁੰਡਾ ਤਾਂ ਬਾਈ ਜੀ ਫਿਰ ਸਰਕਾਰੀ ਹਸਪਤਾਲ 'ਚ ਮਿਲੂਗਾ ਅੱਜ ਤਾਂ ਡਾਕਟਰਾਂ ਨੇ ਸਾਰਾ ਕੁਛ ਛਡਾਇਆ ਹੋਵੇ ਰੋਟੀ ਪਾਣੀ ਇਕੱਲੀ ਗਲੂਕੋਜ਼ ਲੱਗੀ ਹੋਵੇ ਬਸ ਵਾਹ ਵਾਹ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਆ ਬਸ ਜੀ ਵੀਰਬਲ ਤੇ ਮੇਰੀ ਗੱਲ ਇੱਕ ਹੀ ਹੈ ਸਮਝ ਉਹ ਕਹਿੰਦੀ ਆ ਕੀ ਕਹਿੰਦੀ ਆ ਕਹਿੰਦੀ ਵੀ ਮੁੰਡਾ ਚਿੱਟਾ ਚੁੱਟਾ ਨਾ ਲਾਉਂਦਾ ਹੋਵੇ ਮੁੰਡਾ ਨਸ਼ਾ ਪੱਤਾ ਨਾ ਕਰਦਾ ਹੋਵੇ ਉਹ ਸਿੱਧਾ ਕੋ ਮੁੰਡਾ ਵੈਸ਼ਨੂ ਹੋਵੇ ਹਾਂ ਇਹ ਤਾਂ ਗੱਲ ਸਿਆਣੀ ਆ ਫਿਰ ਬਾਈ ਜੀ ਸਿਆਣੀ ਆ ਨਾ ਹਾਂ ਬਸ ਇਹੀ ਤਾਂ ਗੱਲ ਆ ਵਿਚਲੀ ਹਰ ਬੰਦਾ ਹੀ ਇਹੀ ਸੋਚਦਾ ਲਓ ਜੀਜਾ ਸਾਲੀ ਨੂੰ ਰਿਸ਼ਤਾ ਕਰਵਾਉਣ ਵਾਸਤੇ ਗੱਲਬਾਤ ਆਖਦਾ ਤੇ ਅੱਗੋਂ ਪੜ੍ਹੀ ਲਿਖੀ ਸਾਲੀ ਆ ਕੱਲੀ ਕੱਲੀ ਗੱਲ ਜੀਜੇ ਨੂੰ ਟੱਲੀ ਅੰਗੂ ਟਣਕਾ ਕੇ ਪੁੱਛਦੀ ਆ ਤੇ ਫਿਰ ਜਾ ਕੇ ਰਿਸ਼ਤੇ ਨੂੰ ਹਾਂ ਕਰਦੀ ਆ ਲਓ ਬੜਾ ਪਿਆਰਾ ਸੌਂਗ ਤੋਂ ਨਜ਼ਰ ਕਰਨ ਜਾ ਰਹੇ ਹਾਂ ਕੱਲੀ ਕੱਲੀ ਗੱਲ ਸੁਣਨ ਵਾਲੀ ਆ ਕਿਉਂਕਿ ਇਹ ਆਪਣੇ 'ਚ ਵਿਚਰਨ ਵਾਲੀਆਂ ਗੱਲਾਂ ਨੇ ਸਾਰੀਆਂ ਬਹੁਤ ਪਿਆਰਾ ਸੌਂਗ ਤੋਂ ਨਜ਼ਰ ਹਾਂਜੀ
ਕਰਗੀ ਤੁਬੀਏ ਤੇਰਾ ਰਸਤਾ ਕਰਾਵਾਂ ਕਰਗੀ ਤੁਬੀਏ ਤੇਰਾ ਰਸਤਾ ਕਰਾਵਾਂ ਕਰਗੀ ਤੁਬੀਏ ਤੇਰਾ ਫਾਹਾ ਵੱਟ ਦੇ ਹੈਲੋ 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 ਆ ਕੀ ਹੁੰਦਾ ਕਰਗੀ ਤੁਬੀਏ ਤੇਰੇ ਫਾਹਾ ਵੱਟ ਦੇ ਐਦਾਂ ਰਿਸ਼ਤੇ ਹੁੰਦੇ ਆ ਪਿਆਰ ਨਾਲ ਬਣਾਓ ਪਿਆਰ ਨਾਲ ਜੇ ਗੱਲ ਸਿਰੇ ਚੜ੍ਹਨੀ ਆ ਪਹਿਲਾਂ ਪਿਆਰ ਨਾਲ ਹੀ ਕੀਤਾ ਸੀ ਇੱਕ ਤਾਂ ਕੀਤਾ ਸੀ ਪਿਆਰ ਨਾਲ ਹੁਣ ਕੀ ਹੋ ਗਿਆ ਫਿਰ ਰਹਿਣ ਦੋ ਕਰਗੀ ਤੁਬੀਏ ਕਰਲੀ ਤੁਬੀਏ ਤੇਰਾ ਰਸਤਾ ਕਰਾਵਾਂ ਕਰਗੀ ਤੁਬੀਏ ਤੇਰਾ ਰਸਤਾ ਕਰਾਵਾਂ ਚੱਕ ਪਿੰਡ ਚੋਂ ਸਰੇ ਦੇ 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 ਅੱਖ ਪਾਉਂਦੇ ਸਾਰੀਏ ਨੀ ਪੂਰੇ ਪੰਦਰਾਂ ਪੰਦਰਾਂ ਮੁੰਡੇ ਨੂੰ ਕਿੱਲੇ ਆਉਂਦੇ ਸਾਰੀਏ ਨੀ ਪੂਰੇ ਪੰਦਰਾਂ ਪੰਦਰਾਂ ਮੁੰਡੇ ਨੂੰ ਕਿੱਲੇ ਆਉਂਦੇ ਸਾਰੀਏ ਨੀ ਪੂਰੇ ਪੰਦਰਾਂ ਤੈਨੂੰ ਇਨਕਾਰ ਨਹੀਂ ਵੇਖੀ ਵੀ ਤੂੰ ਕਿਤੇ ਮੇਰੀ ਮਿੱਟੀ ਵਿੱਚ ਬੀਏ ਨਾ ਮਿਲਾ ਦੀ ਜੀ ਜੇ ਆਵੇ ਕਿਸੇ ਐਵੇਂ ਨਾ ਨਸ਼ੇੜੀ ਜੇ ਲੜ ਲਾ ਦੀ ਮੈਨੂੰ ਜੀ ਜੇ ਬਈ ਮੈਂ ਤਾਂ ਤੇਰਾ ਕਦੇ ਮਾੜਾ ਨਾ ਕਰਾਂ ਸਹੀ ਗੱਲ ਆ ਬੁੱਢੀ ਮੈਂ ਤਾਂ ਦੱਸਦਾ ਜੇ ਮਗਰ ਨਾ ਲੱਗ ਜੀ ਕਿਉਂ ਤੈਨੂੰ 120 ਵਾਲਾ ਦਿੰਦਾ ਚਾਈਨਾ ਮੇਡ ਕੀ ਪੰਪ ਆਹੋ ਇਹਦੇ ਮਗਰ ਲੱਗ ਜੀ ਇਹ ਵੀ ਸਾਲਾ ਤੈਨੂੰ ਉਹੀ ਦੇਊਗਾ 120 ਵਾਲਾ ਚਾਈਨਾ ਮੇਡ ਪੰਪ ਨਹੀਂ ਸਾਡਾ ਪਹਿਲਾਂ ਪੰਪਾਂ ਦਾ ਕੰਮ ਸੀ ਨਾ ਤਾਂ ਕਰਕੇ ਤੇਰੇ ਤਾਂ ਯਕੀਨ ਨਹੀਂ ਨੂੰ ਭੋਲਾ ਵੀ ਯਕੀਨ ਨਹੀਂ ਤੇਰੇ ਤੇ ਅੱਛਾ ਮਾੜਾ ਜਿਹਾ ਵੀ ਯਕੀਨ ਨਹੀਂ ਤੇਰੇ ਤੇ ਨਹੀਂ ਯਕੀਨ ਆ ਯਕੀਨ ਦਾ ਕੀ ਪਤਾ ਸਾਲਾ ਕਿਹੜੇ ਵੇਲੇ ਆ ਜੇ ਇਹ ਨਹੀਂ ਆਉਣਾ ਟੈਨਸ਼ਨ ਨਾ ਲੈ ਇਹ ਨਹੀਂ ਆਉਣਾ ਬਾਈ ਕਿਉਂ ਦੱਸ ਤੇਰੇ ਤਾਂ ਮਾੜਾ ਜਿਹਾ ਵੀ ਯਕੀਨ ਇਹਦਾ ਮਤਲਬ ਵਾਹਵਾ ਇੱਜ਼ਤ ਆ ਸਾਰਿਆਂ ਦੇ ਘਰੇ ਤੇਰੀ ਨਹੀਂ ਉਹ ਤਾਂ ਤੇਰੀ ਗੱਲ ਸਹੀ ਆ ਹੈ ਨਹੀਂ ਇੱਜ਼ਤ ਹੈਗੀ ਇੱਜ਼ਤ ਹੋਰ ਸਾਲੇ ਇੱਜ਼ਤ ਤੋਂ ਬਿਨਾਂ ਤੁਰਿਆ ਫਿਰਦਾ ਉਹ ਯਕੀਨ ਤਾਂ ਤੇਰੇ ਤੇ ਹੈ ਨਹੀਂ ਯਾਰ ਇੱਜ਼ਤ ਕਿੱਥੋਂ ਆ ਗਈ ਚੱਲ ਗੱਲਾਂ ਛੱਡ ਬਾਈ ਹੁਣ ਰਿਸ਼ਤੇ ਦੀ ਗੱਲ ਤੋਰੀ ਬੈਠਾ ਤੂੰ ਤੇਰੇ ਝੰਡੇ ਝੂਲਦੇ ਆ ਸਾਲਿਆ ਬਸ ਤੁਹਾਨੂੰ ਦੱਸਿਆ ਜੀ ਗੱਲ ਕੀ ਹੈ ਸਾਡੀ ਅੱਛਾ ਹਾਂ ਹਾਂ ਰਿਸ਼ਤੇ ਦੀ ਗੱਲ ਤੋਰੀ ਬੈਠੇ ਹੋ ਤੁਸੀਂ ਹਾਂ ਹਾਂ ਰਿਸ਼ਤੇ ਦੀ ਗੱਲ ਤੋਰੀ ਜਿੱਥੋਂ ਤੱਕ ਮੇਰਾ ਖਿਆਲ ਆ ਹਾਂ ਜਿੱਥੋਂ ਤੱਕ ਮੇਰੀ ਸੋਚ ਜਾਂਦੀ ਆ ਜਾਂਦੀ ਆ ਇਹ ਮੇਰੇ ਕਹਿਣ ਦਾ ਮਤਲਬ ਇਹ ਆ ਹਾਂ ਵੀ ਮਾਮੇ ਦੇ ਮੁੰਡੇ ਵੀ ਤਕਰੀਬਨ ਆਪਣੇ ਸਾਰੇ ਵਿਆਹ ਗਏ ਉਹ ਤਾਂ ਸਾਰੇ ਵਿਆਹ ਗਏ ਤੇ ਭੂਆ ਦੇ ਮੁੰਡੇ ਵੀ ਤਕਰੀਬਨ ਸਾਰੇ ਦੇ ਸਾਰੇ ਵਿਆਹ ਗਏ ਉਹ ਵੀ ਕੀੜਿਆਂ ਵਾਲੇ ਜੰਡ ਤੇ ਚੜ ਗਏ ਚੜ ਗਏ ਨਾ ਚੜ ਗਏ ਤੇ ਸੁਖਣਾ ਦਾਸ ਵੀ ਵਿਆਹ ਗਿਆ ਦਾਸ ਜੀ ਵੀ ਵਿਆਹ ਗਏ ਅੱਛਾ ਅੱਛਾ ਦਾਸ ਵਿਆਹਿਆ ਗਿਆ ਸੀ ਹੁਣ ਨਹੀਂ ਵਿਆਹਿਆ ਆਹੋ ਵਿਆਹਿਆ ਗਿਆ ਸੀ ਇਹ ਮਤਲਬ ਜੇ ਸਿੱਧੀ ਜੀ ਗੱਲ ਵੀ ਮੈਂ ਵੀ ਵਿਆਹ ਗਿਆ ਆਪਦੇ ਵਿਆਹ ਤੁਸੀਂ ਉਹਨਾਂ ਰਿਸ਼ਤੇ ਦੀ ਗੱਲ ਤੋਰੀ ਬੈਠੇ ਆ ਹਾਂ ਹਾਂ ਕਿਤੇ ਤੁਸੀਂ ਆਪਣੇ ਉਹ ਮਾਸੀ ਕਿਆਂ ਵਾਲੀ ਮਾਸੀ ਦੇ ਮੁੰਡੇ ਲੱਡੂ ਦੀ ਗੱਲ ਤਾਂ ਨਹੀਂ ਕਰਦੇ ਸਵਾਦ ਲਿਆ ਤਾਂ ਗੱਲ ਕਿਹਾ ਕਿ ਕੰਜਰਾ ਤੂੰ ਤਾਂ ਅੱਜ ਆਏ ਹਾਏ ਹਾਏ ਪਾਰਟੀ ਹੋ ਗਈ ਫਿਰ ਬਾਈ ਸਹੀ ਗੱਲ ਦੀ ਗੱਲ ਆ ਲੱਡੂ ਦੀ ਗੱਲ ਹੀ ਕਰਦਾ ਲੈ ਬਾਈ ਫਿਰ ਮੇਰੇ ਵੱਲੋਂ ਤੈਨੂੰ ਡਬਲ ਮੁਬਾਰਕਾਂ ਕਾਦੀਆਂ ਉਹ ਡਬਲ ਇੱਕ ਤਾਂ ਰਿਸ਼ਤੇ ਦੀਆਂ ਹਾਂ ਤੇ ਦੂਜਾ ਲੱਗਦਾ ਜਦ ਪੇਪਰ ਨਹੀਂ ਪੜਿਆ ਤੂੰ ਨਹੀਂ ਪੇਪਰ ਨਹੀਂ ਪੜਿਆ ਸੱਚੀ ਨਹੀਂ ਪੜਿਆ ਉਹ ਬਾਈ ਜੀ ਆਪਣੇ ਲੱਡੂ ਦਾ ਅੱਜ ਫੋਟੋ ਆਇਆ ਫੋਟੋ ਪੇਪਰ ਤੇ ਮਾਸੀ ਦੇ ਮੁੰਡੇ ਲੱਡੂ ਦਾ ਫੋਟੋ ਹਾਂਜੀ ਆਇਆ ਵੇ ਕੀ ਗੱਲ ਚਿੱਟੇ 'ਚ ਫੜਿਆ ਗਿਆ ਸ਼ਬ ਸ਼ਬ ਨਾ ਬੋਲਿਓ ਕਿਤੇ ਚਿੱਟੇ 'ਚ ਫੜਿਆ ਗਿਆ ਫੋਟੋ ਦੇਖੋ ਫੋਟੋ ਪਿੰਡ ਵਾਲੇ ਨੇ ਸਨਮਾਨਿਤ ਕੀਤਾ ਅੱਛਾ ਭਾਰਤ ਬਾਜੀਆਂ ਨੇ ਸਨਮਾਨਿਤ ਕਰਤਾ ਫਿਰ ਘੋੜਿਆਂ ਦੀ ਦੌੜ 'ਚ ਆਇਆ ਹੋਊਗਾ ਹਾਂ ਬੈਲ ਗੱਡੀਆਂ ਦੀ ਦੌੜ 'ਚ ਕਿਤੇ ਉਹ ਇੱਧਰ ਆ ਜਾ ਅੱਛਾ ਤੇ ਆਹੀ ਤਾਂ ਮੈਂ ਕਹਿੰਦਾ ਸਾਲਿਆ ਬੈਲ ਗੱਡੀਆਂ ਘੋੜਾ ਜੀ ਘੋੜਾ ਬੈਲ ਗੱਡੀ ਕਿੱਥੇ ਆ ਗਈ ਉਹ ਚੱਲ ਘੋੜਾ ਲਾ ਲਾ ਬੈਲ ਗੱਡੀ ਲਾ ਲਾ ਚਾਚੇ ਤਾਏ ਦੇ ਆ ਸਾਰੇ ਹਾਂ ਵਾਹ ਬਾਈ ਵਾਹ ਆ ਤਾਂ ਸਵਾਦ ਲਿਆ ਤਾਂ ਯਾਰ ਛਾਇਆ ਪਿਆ ਨਾ ਲੱਡੂ ਆਪਣਾ ਬਿਲਕੁਲ ਬਿਲਕੁਲ ਆ ਜਾ ਕੋੜੇ ਦੇਖ ਲਾ ਫੋਟੋ ਹੈ ਫੋਟੋ ਦੇਖਣ 'ਚ ਕੀ ਹਰ ਜਾ ਬਾਅਦ 'ਚ ਜਵਾਬ ਦੇ ਦੀ ਫੋਟੋ ਦੇਖਣ 'ਚ ਹਰ ਜਾ ਕੋਈ ਤੁਸੀਂ ਕਾਹਲੀ ਨਾ ਕਰਿਓ ਦੇਊਗੀ ਜ਼ਰੂਰ ਤੁਹਾਨੂੰ ਕੁਛ ਨਾ ਕੁਛ ਚਾਹੇ ਜਵਾਬ ਹੀ ਦੇਵੇ ਬਸ ਤੂੰ ਸਾਲਿਆ ਸ਼ੁਭ ਸ਼ੁਭ ਨਾ ਬੋਲੀ ਹਾਂ ਤੁਸੀਂ ਬਹੁਤ ਸ਼ੁਭ ਸ਼ੁਭ ਬੋਲ ਰਹੇ ਅੱਛਾ ਫੋਟੋ ਦਿਖਾ ਦੂੰਗੀ ਚੱਲ ਆ ਜਾ ਫੋਟੋ ਦੇਖ ਲਾ ਉਹ ਕੀ ਗੱਲ ਹੋ ਗਈ ਫੋਟੋ ਤਾਂ ਦੇਖ ਲਾ ਆ ਤੇਰਾ 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 ਭਲਾ ਹੋ ਜੀ ਭਲਾ ਹੋ ਜੇ ਕਹਿੰਦੀ ਇਹਦਾ ਕੋਈ ਨਾਮ ਆ ਲੱਡੂ ਤੇ ਸਾਲੀਏ ਸਾਡੇ ਪਿੰਡ ਵਾਲਿਆਂ ਦੇ ਨਾਲ ਲੱਡੂ ਲੱਡੂ ਪਕੌੜੀਆਂ ਹੀ ਹੁੰਦਾ ਹੋਰ ਕੀ ਹੁੰਦਾ ਤਾਂ ਤੂੰ ਵੀ ਇਹੀ ਗੱਲ ਇਹਨਾਂ ਨੇ ਕਿਹੜਾ ਕੁੰਡਲੀ ਘਟਾਉਣੀ ਹੁੰਦੀ ਅੱਡੇ ਸਾਡੇ ਨਾਲ ਨਾਂ ਰੱਖ ਦਿੰਦੀ ਆ ਜਿਹੜਾ ਸੌਣ 'ਚ ਹੋ ਗਿਆ ਉਹਦਾ ਸੌਣਾ ਸੌਣ ਸਿੰਘ ਹਾਂ ਹਾਰ 'ਚ ਹੋ ਗਿਆ ਉਹਦਾ ਹਾਰ ਸਿੰਘ ਹਾਰ ਸਿੰਘ ਸਾਰੇ ਪਿੰਡ ਦੀ ਜੂਠਣੀ ਚੜ੍ਹਣੀ ਨਾਂ ਰੱਖ ਦੇਣਗੇ ਸੁੱਚਾ ਸਿੰਘ ਹਾਂ ਕੁੱਤੇ ਦੇ ਕਦੇ ਸੋਟੀ ਨਹੀਂ ਮਾਰੀ ਨਾਂ ਰੱਖ ਦੇਣਗੇ ਸ਼ੇਰ ਸਿੰਘ ਇਹ ਪਿੰਡਾਂ ਵਾਲਿਆਂ ਦੀ ਤੂੰ ਟੈਨਸ਼ਨ ਨਾ ਲਿਆ ਕਰ ਬੜੇ ਮਟਕੇ ਨਾਂ ਰੱਖ ਦਿੰਦੇ ਇਹੋ ਜਿਹੇ ਨਾਂ ਹੀ ਹੁੰਦੇ ਆ ਹਾਂ ਹਾਂ ਇਹ ਤਾਂ ਕੁੰਡਲੀਆਂ ਨੇ ਇਹਨੂੰ ਤਾਂ ਹੁਣ ਪਤਾ ਲੱਗਿਆ ਵੀ ਕੁੰਡਲੀਆਂ ਕੀ ਚੀਜ਼ ਹੁੰਦੀਆਂ
ਆਜਾ ਉਰੇ ਹਾਂ ਪੱਕਾ ਨਾ ਤਾਂ ਵੀਰ ਪ੍ਰਤਾਪ ਸਿੰਘ ਆ ਮੁੰਡੇ ਦਾ ਨਾਮ ਹਾਂ ਹਾਂ ਉਰੇ ਆਜਾ ਆ ਆ ਦੇਖ ਲੈ ਆ ਆ ਦੇਖ ਕਿਉਂ ਹਾਂ ਵੈਸੇ ਗੁੱਡੀ ਉੱਪਰਲੀ ਖਬਰ ਪੜੀ ਥਲੜੀ ਨਾ ਪੜਦੀ ਮੋਟਰਸਾਈਕਲ ਚੋਰੀ ਵਾਲੀ ਉੱਪਰਲੀ ਪੜੀ ਜਿੱਥੇ ਸਨਮਾਨਿਤ ਕੀਤਾ ਹਾਂ ਉੱਪਰਲੀ ਉੱਪਰਲੀ ਨੀਆ ਲੈ ਪੜੇ ਅਖਬਾਰ ਨੀਓ ਦਾ ਹੋਇਆ ਸਨਮਾਨ ਨੀਆਂ ਦੇ ਪੜੇ ਅਖਬਾਰ ਉਹਦਾ ਹੋਇਆ ਸਨਮਾਨ ਪੜੇ ਅਖਬਾਰ ਉਹਦਾ ਹੋਇਆ ਸਨਮਾਨ ਆਲੇ ਪੜੇ ਅਖਬਾਰ ਉਹਦਾ ਹੋਇਆ ਸਨਮਾਨ ਆਲੇ ਪੜੇ ਅਖਬਾਰ ਉਹਦਾ ਹੋਇਆ ਸਨਮਾਨ ਪਿੰਡ ਵਾਲਿਆਂ ਨੇ ਦਿੱਤੀਆ ਪਿੰਡ ਵਾਲਿਆਂ ਨੇ ਦਿੱਤੀਆ ਪਿੰਡ ਵਾਲਿਆਂ ਨੇ ਦਿੱਤੀਆ ਸਫਾਰੀ ਸਾਰੀਏ ਨੀ ਮੁੰਡਾ ਸਿਰੇ ਦਾ ਸਿਰੇ ਦਾ ਕਬੱਡੀ ਦਾ ਖਿਡਾਰੀ ਸਾਰੀਏ ਨੀ ਮੁੰਡਾ ਸਿਰੇ ਦਾ ਸਿਰੇ ਦਾ ਕਬੱਡੀ ਦਾ ਖਿਡਾਰੀ ਸਾਰੀਏ ਨੀ ਮੁੰਡਾ ਚੋਟੀ ਦਾ ਕਹਿੰਦੀ ਕਬੱਡੀ ਖਿਡਾਰੀ ਕਿਤੇ ਨਸ਼ਾ ਕਰਕੇ ਨੀ ਖੇਡਦੀ ਇਹ ਵੀ ਇਹਦੀ ਗੱਲ ਸਹੀ ਆ ਕਿਉਂਕਿ ਕੁੜੀਆਂ ਵੀ ਪੜ੍ਹ ਲਿਖ ਗਈਆਂ ਸਹੀ ਗੱਲ ਆ ਜੀ ਇੱਕ ਅੱਧਾ ਹੋਣਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇੱਕ ਅੱਧਾ ਹੋਣਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇੱਕ ਅੱਧਾ ਹੋਣਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹਾਮੀ ਭਰਦੇ ਚ ਮੈਨੂੰ ਤੇਰਾ ਭਰਦੇ ਚ ਮੈਨੂੰ ਤੇਰਾ ਭਰਦੇ ਚ ਮੈਨੂੰ ਤੇਰਾ ਦਿਲ ਮੰਨਦਾ ਨੀ ਮੁੰਡਾ ਇੱਕ ਤੇ ਖਰੋਟ ਰੱਖ ਰੱਖ ਭਰਦਾ ਨੀ ਮੁੰਡਾ ਇੱਕ ਤੇ ਇੱਕ ਤੇ ਖਰੋਟ ਰੱਖ ਰੱਖ ਭਰਦਾ ਨੀ ਮੁੰਡਾ ਇੱਕ ਤੇ ਨੀ ਹਾਏ ਮੁੰਡਾ ਹਰ ਪੱਖੋਂ ਪੂਰਾ ਕਿਸੇ ਗੱਲ ਦੀ ਨਾ ਕਾਟ ਨੀ ਤੂੰ ਛੱਡ ਦੇ ਜਮਾਤਾਂ ਵਾਲੀ ਛੱਡ ਦੇ ਜਮਾਤਾਂ ਵਾਲੀ ਛੱਡ ਦੇ ਜਮਾਤਾਂ ਵਾਲੀ ਗੱਲ ਸਾਲੀਏ ਨੀ ਕਰੇ ਐਵੇਂ ਦੀ ਐਵੇਂ ਦੀ ਤਿਆਰੀ ਅੱਜ ਗੱਲ ਸਾਲੀਏ ਨੀ ਕਰੇ ਐਵੇਂ ਦੀ ਐਵੇਂ ਦੀ ਤਿਆਰੀ ਅੱਜ ਗੱਲ ਸਾਲੀਏ ਨੀ ਕਰੇ ਐਵੇਂ ਦੀ ਸਹੀ ਜਗ੍ਹਾ ਮਾਰਿਆ ਨਿਸ਼ਾਨਾ ਨੀ ਤੂੰ ਬਿਲਕੁਲ ਸਹੀ ਜਗ੍ਹਾ ਮਾਰਿਆ ਨਿਸ਼ਾਨਾ ਨੀ ਤੂੰ ਹੁਣ ਦੱਸ ਤੇਰੀ ਕੀ ਹੁਣ ਦੱਸ ਮੈਨੂੰ ਤੇਰੀ ਹੁਣ ਦੱਸ ਤੇਰੀ ਕੀ ਸਲਾਹ ਸਾਲੀਏ ਨੀ ਕਦੋਂ ਰੱਖਣਾ